ਦਰਸ਼ਕੋ ਗੱਡੀ ਦੇ ਆਪਾਂ ਕੈਮਰਾ ਲਵਾਉਣ ਆਏ ਆ, ਨਵਾਂ ਹੀ ਆਇਆ ਆਪਣੇ ਕੋਲੇ 15,200 ਦਾ, ਤੇ ਨਾਲ ਤਰਨਪ੍ਰੀਤ ਵੀਰੇ ਸਤਿ ਸ੍ਰੀ ਅਕਾਲ, ਕੀ ਹਾਲ ਆ? ਇਹ ਵੀਰੇ ਨੇ ਲਿਆ ਕੇ ਦਿੱਤਾ ਵਾ, ਤੇ ਆਪਣਾ ਭਰਾ ਛੋਟਾ ਸੁਨੂੰ। ਮੈਂ ਦੱਸਦਾ ਵੀਰੇ, ਇਹ ਫਰੰਟ ਵੀ ਤੇ ਰੇਅਰ ਵੀ ਆ? ਹਾਂਜੀ ਹਾਂਜੀ, ਫਰੰਟ ਵੀ ਤੇ ਰੇਅਰ ਵੀ ਦੋਨੋਂ ਕਵਰ ਕਰਦਾ, ਦੋਨੇ ਹੀ ਗੱਡੀ ਤੇ ਲਾ ਸਕਦਾ। ਕਿਵੇਂ ਕੈਮਰਾ ਮੰਗਾਉਣ ਦਾ ਕਾਰਨ ਪਤਾ ਕੀ ਆ? ਇੱਕ ਦਿਨ ਮੈਂ ਰਾਤ ਨੂੰ ਬਾਈ ਗੱਡੀ ਤੇ ਆਵਾਂ। ਅੱਛਾ ਜੀ। ਬਾਬਾ ਉਮਰ ਦਾ ਸੀਗਾ ਤੇ ਉਹ 18-19 ਸਾਲ ਦਾ ਮੁੰਡਾ, ਹਾਂਜੀ ਹਾਂਜੀ, ਬਿਨਾ ਦੀਵਾਲੀ ਲੋਹੜੀ ਤੋਂ ਪਟਾਕੇ ਚਲਾਈ ਜਾਵੇ। ਇੱਕ ਮੈਨੂੰ ਗੱਡੀ ਆਉਂਦੀ ਵੀ ਦੇਖ ਲਈ ਉਹਨੇ, ਹਾਂਜੀ ਹਾਂਜੀ, ਚਲਾ ਕੇ ਪਟਾਕਾ ਉੱਤੇ ਸੁੱਟਤਾ। ਅੱਛਾ। ਮੈਂ ਕਿਹਾ ਜੇ ਕੈਮਰਾ ਰਿਕਾਰਡ ਹੁੰਦਾ ਤਾਂ ਬੰਦਾ ਘੂਰਦਾ ਵੀ ਚੰਗਾ ਲੱਗਦਾ ਸੀ, ਕਿਉਂਕਿ ਇੱਕ ਤਾਂ ਸਾਡਾ ਏਰੀਆ ਥੋੜਾ ਉਹੋ ਜਿਹੇ 'ਚ ਸੀਗਾ, ਕਿਉਂਕਿ ਕਹਿ ਸਕਦੇ ਹਾਂ ਕਿ ਉਹ ਸ਼ਰਾਰਤੀ ਅਨਸਰਾਂ ਵਾਲਾ। ਮੈਂ ਕਿਹਾ ਗੱਲ ਪੈਣਗੇ, ਸਬੂਤ ਆਪਣੇ ਨਾਲ ਕੋਈ ਨਹੀਂ ਸੀ। ਬਿਲਕੁਲ ਬਿਲਕੁਲ। ਤੇ ਫਿਰ ਉਹ ਮੈਂ ਕਿਹਾ ਵੀ ਸਭ ਤੋਂ ਵੱਡਾ ਹੱਲ ਆ ਕੈਮਰਾ, ਤੁਹਾਡੇ ਗਲ ਚ ਮਰਿਆ ਸਾਪਣਾ ਪਵੇ ਕੋਈ। ਤੇ ਆਹ ਆਪਣਾ ਖੁੱਲ ਗਏ ਆਪਾਂ, ਫਿਰ ਲੈ ਵੀ ਆਪਾਂ ਖੋਲਦੇ ਆ 15,200 ਦਾ, ਹੈਨਾ? ਹਾਂਜੀ ਹਾਂਜੀ ਵੀਰੇ। ਕੰਪਨੀ ਕਿਹੜੀ ਆ ਭਰਾ, ਇਹ ਸੁਣੂ ਹੀ ਪਤਾ ਕੰਪਨੀ ਕਿਹੜੀ? dashcam.com ਇਨ ਕਰਕੇ ਕੰਪਨੀ ਵੈਬਸਾਈਟ ਇਹਨਾਂ ਦੀ। ਅੱਛਾ, ਇਹਦੇ ਉੱਪਰ ਹੋਆਂ ਦਾ ਕੱਟ ਲਿਆਵਾ। ਹਲੋ ਹਲੋ ਹਲੇ ਮੇਰੇ ਆ ਦਿਖਾਓ ਵੀਰੇ ਕੈਮਰਾ, ਆ ਕੱਢ ਕੇ ਆਪ ਸਾਰੇ ਦਿਖਾਉਨੇ ਆ। ਇਹ ਕਿਹੜੇ ਪਾਸੋਂ ਖੋਲੂ? ਆ ਇੱਧਰ ਇਹਦਾ ਟੇਪ ਲੱਗੀ, ਇੱਧਰ ਟੇਪ ਲੱਗੀ ਆ। ਇਹ ਕੈਮਰਾ ਮੈਨੂੰ ਲੱਗਦਾ ਹਰ ਨੂੰ ਲਵਾਉਣਾ ਚਾਹੀਦਾ, ਕਲੈਰਿਟੀ ਬਹੁਤ ਆ ਬਾਈ। ਪਹਿਲਾਂ ਤੁਹਾਡੀ ਗੱਡੀ ਤੇ ਲੱਗਿਆ ਸੀ ਵੀਰੇ? ਮੈਂ ਆਪਣੀ ਗੱਡੀ ਤੋਂ ਲਾਇਆ ਹੋਇਆ, ਇਸੂਜ਼ੂ ਰੱਖੀ ਆ ਆਪਾਂ, ਹਾਂ, 4x4 ਉਹ ਬੜਾ ਵੀਰ ਘੁੰਮਣ ਦਾ ਸ਼ੌਕੀਨ ਆ ਤੇ ਉਹ ਕਿਤੇ ਅੰਦਰ ਬਾਹਰ ਜਾਂਦੇ ਰਹਿੰਦੇ ਨੇ। ਤੇ ਉਹਨਾਂ ਨੇ ਫਿਰ ਚੀਜ਼ ਦੇਖੀ ਤੇ ਆਪਾਂ ਪਰਖੀ ਤੇ ਰਿਕਾਰਡਿੰਗ 4K ਕਰਦਾ ਸਾਰਾ ਨਾ, ਵੱਡੀ ਗੱਲ। ਮੈਂ ਸੋਡਾ ਵਾਲਾ ਦੇਖ ਕੇ ਜਾਂਦੀ, ਮੈਂ ਕਿਹਾ ਤੁਸੀਂ ਲਵਾਓ ਪਹਿਲਾਂ, ਜੇ ਖਰਾਬ ਹੋ ਗਿਆ ਫਿਰ ਮੈਂ ਨਹੀਂ ਮੰਗਾਉਂਦਾ। ਸਿੱਧਾ ਕਰ ਲਈਏ, ਪੜਾਕੇ ਥੱਲੇ ਨਾ ਸਿੱਟ ਲਈਏ। ਆਹ ਦੇਖੋ ਦਰਸ਼ਕੋ, ਲੈ ਡੱਬੇ 'ਚ ਡੱਬਾ ਨਿਕਲੇ ਉਹ ਕੈਮਰਾ ਉਹ, ਇਹਦੇ ਵਿੱਚ ਆ ਇਹ ਜਿਹੀ ਲੱਗਾ 4K ਡਿਊਲ ਚੈਨਲ ਡੈਸ਼ ਕੈਮ, ਹੈ ਨਾ? ਆਹ ਜੇ ਕਿਸੇ ਨੇ ਮੰਗਾਉਣਾ ਵੀ ਹੋਵੇ, ਆਹ ਵੈਬਸਾਈਟ ਆ ਜੀ, ਇਹ ਤੋਂ ਮੰਗਾਇਆ ਵੈਬਸਾਈਟ ਤੋਂ ਆਪਾਂ, ਵੈਬਸਾਈਟ ਤੋਂ ਮੰਗਾਇਆ, ਆਹ ਵੈਬਸਾਈਟ ਤੋਂ ਜੀ। ਠੀਕ ਆ, ਆਹ ਲਿਆ ਕਟਰ, ਆਹ ਪੈਕਿੰਗ ਕਟਰ ਲਿਆਂਦਾ ਭਰਾ ਨੇ। ਇੱਕ ਸਾਹਮਣੇ ਖੁੱਲਣ ਦਾ ਕਾਰਨ ਇਹ ਵੀ ਆ ਕਿ ਜਦੋਂ ਖੁੱਲਾਂਗੇ ਪਤਾ ਲੱਗੂ ਵਿੱਚ ਹੈ ਕੀ ਆ, ਕਈ ਵਾਰੀ ਸਮਾਨ ਘੱਟ ਹੀ ਨਾ ਹੋਵੇ ਕਿਤੇ, ਇੱਕ ਸਕਿਉਰਟੀ ਕੋਈ ਹੋ ਜਾਂਦੀ ਆ ਭਰਾਵੋ। ਤੇ ਇਦੋਂਗਾ ਫਿਰ ਆ ਨਿਕਲੂਗਾ ਆਹ ਡੱਬੀ, ਆਹ ਫੜਿਓ ਤੁਸੀਂ ਆਪਣਾ ਮਗਰਲਾ ਕੈਮਰਾ ਆ ਗਿਆ ਜੀ। ਅੱਛਾ, ਰੀਅਰ ਕੈਮਰਾ, ਰੀਅਰ ਕੈਮਰਾ ਆ ਗਿਆ, ਇਹ ਚ ਆਪਣਾ ਫਰੰਟ ਆ ਜਾਣਾ। ਇਹ ਹੀ ਤਾਂ ਆ ਜਿਵੇਂ ਕਤਰ ਤੋਤਕ ਦਾ ਉਹ ਆਇਆ ਹੁੰਦਾ ਵਾ, ਇਧਰ ਆਇਆ ਹੁੰਦਾ। ਹਾਂਜੀ ਹਾਂਜੀ ਹਾਂਜੀ, ਐਂ ਪੈਕਿੰਗ ਜਿਵੇਂ ਕਤਰ ਤੋਂ ਨਾ ਇਧਰ ਜਾਵਾਂ ਆਇਆ ਹੁੰਦਾ। ਆਹ ਫਰੰਟ ਵਾਲਾ ਆ ਗਿਆ, ਫਰੰਟ ਸਕਰੀਨ ਆ ਜੀ ਇਹਦੀ, ਫਰੰਟ ਸਕਰੀਨ। ਹੋਰ ਕੀ ਹੁੰਦਾ ਸਮਾਨ? ਆਹ ਫਰੰਟ ਸਕਰੀਨ ਆ ਗਈ ਜੀ, ਹਾਂ, ਫਰੰਟ ਕੈਮਰਾ, ਆ ਇੱਥੇ ਥੱਲੇ ਕੈਮਰਾ ਇਹਦਾ ਆ ਗਿਆ, ਹਾਂ, ਉਹ ਇਹਨੇ ਅੱਡ ਐਡਜਸਟ ਹੋ ਜਾਣਾ ਆ ਚੀਜ਼ ਨੇ ਜਿੱਥੇ ਕਰ ਲਿਆ, ਇੱਥੇ ਆਪਣਾ ਵਿੰਡਸ਼ੀਲਡ ਜਿੱਦਾਂ ਟੇਢੀ ਆ ਆਪਣੀ ਉਧਰ ਨੂੰ ਕਰਕੇ, ਤੇ ਆਹ ਉਹ ਮਾਊਂਟਿੰਗ ਪੁਆਇੰਟ ਆ ਗਿਆ ਜੀ ਇਹਦੇ, ਜਿੱਥੇ ਲਾਉਣ ਤੇ ਆਹ ਕਾਗਜ਼ ਪੱਤਰ ਦਾ, ਕਾਗਜ਼ ਪੱਤਰ ਨੇ ਤੇ ਥੱਲੇ ਸਮਾਨ ਹੋਣਾ ਦਾ ਲਾਉਣ ਵਾਲਾ, ਹੋਰ ਤਾਰਾਂ ਵਗੈਰਾ ਇਹਦੀਆਂ ਤਾਰਾਂ। ਅੱਛਾ ਅੱਛਾ ਅੱਛਾ, ਕਾਗਜ਼ ਪੱਤਰ ਆਰਸੀ ਸਾਰਾ ਕਹਿ ਲਓਗੇ। ਆਹ ਤਾਰਾਂ ਆ ਗਈਆਂ ਇਹਦੀਆਂ, ਤਾਰਾਂ ਵੀ ਹੁੰਦੀਆਂ। ਤੇ ਆਹ ਕੀ ਆ? ਆਹ ਸਾਰਾ ਮਾਊਂਟਿੰਗ ਕਰਨ ਦਾ ਸਮਾਨ ਆ ਜਿਹੜਾ ਲੱਗਣਾ ਇਹਦੇ, ਫਿੱਟ ਕਰਨ ਵਾਲਾ ਢਾਂਚਾ। ਹਾਂਜੀ ਹਾਂਜੀ ਹਾਂਜੀ। ਤੇ ਆਹ ਡੰਡੀ ਜੀ, ਆਹ ਜੇ ਕੰਬਲ ਵਿੱਚ ਪਾਉਣ ਨੂੰ ਆਪਣਾ ਤਾਰ, ਅੰਡਰਗਰਾਊਂਡ ਸਾਰੀ ਬਾਡੀ ਦੇ ਕਰਨ ਨੂੰ ਤਾਰ ਦਿਖੋਗੀ ਨਹੀਂ ਆਪਾਂ ਨੂੰ ਕਿੱਥੋਂ ਲੰਘਦੀ ਹੈ ਗੱਡੀ ਦੀ। ਅੱਛਾ, ਇਹ ਪਾਨਾ ਜਿਹਾ ਦੇਤਾ ਨਾਲ ਇਹਨਾਂ? ਹਾਂਜੀ ਹਾਂਜੀ ਹਾਂਜੀ। ਤੇ ਹੋਰ ਤਾਂ ਨਹੀਂ ਕੋ? ਨਹੀਂ ਬਸ ਜੀ, ਹੋਰ ਤਾਂ ਕਹਿੰਦੇ ਆਹ ਕਾਪੂੜੀ ਰੱਖੀ ਆ, ਤੇ ਆਹ ਵਿੱਚ ਪਾ ਦਈਏ ਹੁਣ, ਉਹ ਵੀ ਦੇਖੀਏ ਖੋਲ ਕੇ, ਆਹ ਵੀਰੇ ਨੂੰ ਫੜਾ ਦਈਏ। ਹਾਂ, ਆਹ ਚਮਚਾ ਜਿਹਾ ਨਾ, ਤੇ ਇਹਦਾ ਸਰ ਜੂ, ਉਹ ਤਾਂ ਕੈਮਰੇ ਦਾ ਨਹੀਂ ਸਰਨਾ ਨਾ ਨਾ, ਕੈਮਰਾ ਹੱਥ ਹੀ ਆ। ਤੇ ਆਹ ਵੀ ਖੁੱਲ ਗਏ ਹੁਣ, ਬਲੇਡ ਕਿੱਥੇ ਰੱਖਤਾ ਰਾਜ? ਦੇ ਵੀਰੇ ਲੈ, ਤੇ ਲੁਧਿਆਣੇ ਲਵਾਉਣ ਆਏ ਆ, ਕਵਰ ਵੀ ਆਪਾਂ ਇਹਨਾਂ ਤੋਂ ਪਵਾਏ ਸੀ। ਕਿਹੜੇ ਵੱਜਦੇ ਆ ਇਹ? ਬਾਂਸਲ ਮੋਟਰ ਵਾਲੇ, ਕਵਰ ਵੀ ਇਹਨਾਂ ਤੋਂ ਪਵਾਏ ਸੀ, ਬਹੁਤ ਸੋਹਣਾ ਕੰਮ ਕਰਦੇ ਆ ਹਨਾ ਮੁੰਡੇ, ਬਹੁਤ ਵਧੀਆ ਨੇ, ਵਧੀਆ ਵਧੀਆ ਟੀਮ, ਵਧੀਆ। ਆਹ ਆ ਗਿਆ ਪਿਛਲਾ ਕੈਮਰਾ ਗੱਡੀ ਦੇ ਲਾਉਣ ਨੂੰ, ਤੇ ਨਿਕਲੂਗਾ ਕਿਵੇਂ? ਖਿੱਚਣਾ ਹੀ ਪੈਣਾ ਹਨਾ, ਆ ਦੇ ਹੁਣ ਹੁਣ ਬਣੂ ਗੱਲ। ਤੇ ਇੱਕ ਆਹ ਆ ਗਿਆ, ਹਾਂ, ਇਹ ਕਿੰਨੀ ਕੁ ਲੜੀ ਜੀ ਆ ਗਈ ਇਹ? ਆਹ ਕੈਮਰਾ ਇਹਦਾ ਇਧਰਲੇ ਪਾਸੇ, ਹਾਂ, ਉਹ ਘੁੰਮਦਾ ਹੈ, ਜਿੱਦਣ ਨੂੰ ਆਪਣਾ ਐਡਜਸਟ ਕਰ ਲਓ ਤੇ ਆਹ ਸਕਰੀਨ ਨਾਲ ਲਾ ਜਾਣਾ ਆਪਣਾ। ਤੇ ਇਹ ਕਿੰਨੇ ਕਿੰਨੇ ਮਤਲਬ ਘੰਟੇ ਰਿਕਾਰਡਿੰਗ ਰਹਿੰਦੀ, ਕੋਈ ਹਿਸਾਬ ਕਿਤਾਬ ਇਹਦਾ? ਮੈਮਰੀ ਕਾਰਡ ਪੈਂਦਾ ਵੀਰੇ, ਮੈਮਰੀ ਕਾਰਡ ਜਿੰਨਾ ਵੱਡਾ ਉਨੀ ਲੰਬੀ ਰਿਕਾਰਡਿੰਗ। ਬਾਕੀ ਤੁਹਾਡਾ ਐਪ ਨਾਲ ਕਨੈਕਟ ਹੋਣਾ ਕੈਮਰਾ, ਹਾਂ, ਸਾਰੀ ਫੋਨ ਤੇ ਕਰ ਲਓ, ਮਿੰਟ ਮਿੰਟ ਤੁਹਾਡੀ ਫੋਨ ਤੇ ਨਿਕਲ ਜਾਣੀ ਆ। ਹਾਂ, ਕਿਉਂਕਿ ਦੋ ਦੋ ਫਸੇ ਕਿਤੇ ਪਾਸੇ, ਕੋਈ ਮੌਕਾ ਬਣ ਗਿਆ ਇਹ ਜਾਂ ਰਿਕਾਰਡਿੰਗ ਕੱਢਣੀ ਆ, ਬੰਦਾ ਕਿੱਥੋਂ ਪਹਿਲਾਂ ਚਾਬੀ ਲੱਭੂ, ਕਾਰ ਵਿੱਚੋਂ ਕਾਰਡ ਕੱਢੂ, ਫਿਰ ਫੋਨ 'ਚ ਪਾਊ,
ਅੱਜਕੱਲ ਐਪਲ ਦੇ ਫੋਨ ਨੇ ਸਾਰਿਆਂ ਕੋਲ ਵੋਲਟੇਜ ਕਾਰਡ ਵੀ ਨਹੀਂ ਪੈਂਦੇ ਸਹੀ ਆ ਤੇ ਉਹਦੇ ਵਾਸਤੇ ਇਹਦੇ ਵਿੱਚ ਹੈਗੀ ਵਾਈਫਾਈ ਦੀ ਆਪਸ਼ਨ ਤੁਹਾਡੇ ਐਪ ਫੋਨ ਤੇ ਐਪ ਚੱਲ ਪੈਣੀ ਆ ਤੁਹਾਡੀ ਮਿੰਟ ਮਿੰਟ ਸਾਰੀ ਰਿਕਾਰਡਿੰਗ ਆ ਜਾਣੀ ਆ ਮੂਰੇ ਧਰ ਦਿਓ ਮੂਰੇ ਧਰ ਦਿਓ ਤੁਹਾਡੀ ਗੱਡੀ ਦੀ ਸਪੀਡ ਉਹ ਵੀ ਵਿੱਚ ਆ ਜਾਣੀ ਆ ਕਿੱਥੇ ਬ੍ਰੇਕ ਮਾਰੀ ਗੱਡੀ ਤੁਹਾਡੀ ਹੌਲੀ ਹੋ ਗਈ ਤੁਹਾਡੀ ਗੱਡੀ ਕੀ ਸਪੀਡ ਤੇ ਗੱਡੀ ਜਿਵੇਂ ਵੱਜਿਆ ਜਵਾਬ ਜੇ ਮੂਰੇ ਆ ਗਿਆ ਸਮਝ ਲਓ ਗੱਡੀ ਆਪਾਂ ਜੇ 30 ਤੇ ਵੱਜੀ ਆ ਕੇ ਵੀ ਆਪਣੀ ਗੱਡੀ ਸਲੋ ਸੀ ਹਾਂ ਅਗਲਾ ਕਹਿੰਦਾ ਗੱਡੀ ਤੇਜ਼ ਸੀ ਅਗਲਾ ਕਹਿ ਸਕਦਾ ਗੱਲ ਹਾਂ ਜਦੋਂ ਵੱਜੀ ਉਹਨੇ ਕਹਿਣਾ ਬਾਈ ਇਹ ਤਾਂ ਗੋਲੀਆਂ ਗੋਂਦਾ ਸੀ ਹਾਂ ਅਗਲਾ ਕਹਿ ਸਕਦਾ ਗੱਲ ਆਪਣੀ ਰਿਕਾਰਡ ਰੱਬ ਨਾ ਕਰੇ ਜਾ ਹੋਵੇ ਕਦੇ ਹਾਂ ਉਹ ਆਪਣੀ ਸਪੀਡ ਵੀ ਆਣੀ ਆ ਲੋਕੇਸ਼ਨ ਆਣੀ ਆ ਆਪਣੀ ਗੱਡੀ ਆਪਣੀ ਪਿੱਛੋਂ ਤੇਜ਼ ਮੂਰੋ ਹੌਲੀ ਸਭ ਕੁਝ ਆਣਾ ਉਹ ਚ ਮਿੰਟ ਮਿੰਟ ਫੋਨ ਤੇ ਤੇ ਇੱਕ ਜਿਵੇਂ ਹੁਣ ਆਹ ਤੁਹਾਡੇ ਆ ਉਹ ਲਾਈ ਬੈਠਿਆ ਕੈਮਰਾ ਜਿਹਾ ਪੁਲ ਦੇ ਉੱਤੇ ਪੁਲਿਸ ਵਾਲੇ ਮੰਨ ਕੇ ਚਲੋ ਕਈ ਵਾਰ ਨਜਾਇਜ਼ ਕਰ ਲੱਗਦਾ ਯਾਰ ਇਹ ਆਪਾਂ ਤਾਂ ਸਪੀਡ ਤਾਂ ਇੰਨੀ ਕਿਤੇ ਹੋਣੀ ਉਹ ਵੱਧ ਦੱਸੀ ਜਾਂਦੇ ਆ ਉਹ ਵੀ ਰਿਕਾਰਡ ਨਿਕਲ ਉਹ ਤੇ ਕਈ ਵਾਰੀ ਕੋਈ ਪਾਸੇ ਆਸੇ ਹੋ ਕੇ ਮਾੜਾ ਮੋਟਾ ਮੰਗਦਾ ਜਿਹੜਾ ਗੱਡੀ ਦੇ ਮਗਰ ਜਾ ਕੇ ਮੰਗੂ ਹਾਂ ਜਾਂ ਮੂਰੇ ਮੂਰੇ ਮੰਗੂ ਉਹ ਵੀ ਰਿਕਾਰਡ ਹੋ ਜੂ ਫਾਇਦਾ ਤਾਂ ਬਹੁਤ ਆ ਇਸ ਚੀਜ਼ ਦਾ ਫਾਇਦਾ ਬਹੁਤ ਆ ਤੇ ਉਸ ਹਿਸਾਬ ਤੇ ਦੇਖੀਏ ਕਿਉਂਕਿ ਕਈ ਵਾਰੀ ਹਾਲਾਤ ਉਹੋ ਜਿਹੇ ਬਣ ਜਾਂਦੇ ਫਿਰ ਇਹ ਲੋਕ ਸਫ਼ਰ ਵਾਲੇ ਬੰਦੇ ਲਈ ਤਾਂ ਜ਼ਿਆਦਾ ਜ਼ਰੂਰੀ ਹੈ ਬਾਕੀ ਬਿਲਕੁਲ ਜੀ ਕਿਉਂਕਿ ਆਪਾਂ ਰੋਜ਼ ਤਾਂ ਹੁਣ ਕਰਾਈਏ ਫਿੱਟ ਫਿਰ ਭਰਾ ਹੁਣ ਕਰਾਈਏ ਫਿਰ ਤੇ ਦਰਸ਼ਕੋ ਆ ਫਰੰਟ ਤੇ ਤਾਂ ਲੱਗ ਗਿਆ ਕੈਮਰਾ ਇਧਰਲੇ ਪਾਸੇ ਗੋਪੀ ਵੀਰੇ ਦਿਖਾ ਦੇਈ ਤੇ 1 ਸਾਲ ਦੀ ਕਹਿੰਦੇ ਗਰੰਟੀ ਆ ਇਹ ਫੋਨ ਦੇ ਵਿੱਚ ਐਪ ਡਾਊਨਲੋਡ ਹੋ ਜਾਣੀ ਆ ਨਾ ਬਾਈ ਹਾਂਜੀ ਵੀਰੇ ਤੁਹਾਡੇ ਫੋਨ 'ਚ ਐਪ ਪੈ ਜਾਣੀ ਆ ਹਾਂ ਐਂਡਰੋਇਡ ਆਈਓਐਸ ਦੋਨੋਂ 'ਚ ਅਵੇਲੇਬਲ ਆ ਐਪ ਪਲੇ ਸਟੋਰ ਤੇ ਜੀ ਤੁਸੀਂ ਐਪ ਪਾ ਲੈਣੀ ਉਹਦੇ ਵਿੱਚ ਆਪਣੀ ਫੋਨ ਦੇ ਵਿੱਚ ਤੇ ਤੁਹਾਡਾ ਸਾਰਾ ਡਾਟਾ ਫੋਨ 'ਚ ਆ ਜਾਣਾ ਚੱਲਦੀ ਗੱਡੀ 'ਚ ਤੇ ਮੌਕੇ ਤੇ ਐਨ ਮੌਕੇ ਤੇ ਲੋਡ ਪਈ ਬਾਲੇ ਖੁੱਲਣ ਖਲਾਈ ਦੀ ਲੋੜ ਨਹੀਂ ਬਸ ਤੁਹਾਡੇ ਨਹੀਂ ਨਹੀਂ ਮਿੰਟ ਮਿੰਟ ਕੰਮ ਤੁਹਾਡੇ ਫੋਨ ਸਾਰਾ ਆ ਜਾਣਾ ਫੋਨ ਤੇ ਆ ਜਾਣਾ ਕਿਤੇ ਪਹਾੜਾਂ 'ਚ ਗਏ ਨਜ਼ਾਰਾ ਲੈਂਦੇ ਤਾਂ ਉੱਥੇ ਸੀਨ ਸੂਨ ਦੇਖਣੇ ਆ ਰਿਕਾਰਡ ਆਪ ਹੀ ਹੋਈ ਜਾਣੇ ਆ ਤੇ ਤਾਰ ਦੇ ਸਨੀਨੀ ਲੁਕ ਜਾਣੀ ਹੈ ਨਾ ਤੁਸੀਂ ਬਸ ਪਹਾੜਾਂ ਦੇ ਨਜ਼ਾਰੇ ਲੈਣੇ ਆ ਬਾਕੀ ਇਹ ਸਾਰਾ ਕੰਮ ਆਪ ਕਰ ਦੇਣਾ ਤੁਹਾਡਾ ਆਪੇ ਕਰ ਜਿੱਡਾ ਵੱਡਾ ਕਾਰਡ ਪਾ ਲਓ ਗੁੱਡਾ ਚੱਲ ਜਾਣਾ ਉਹਨਾਂ ਚੱਲ ਜਾਣਾ 4K ਸਪੋਰਟ ਆ ਤੇ ਗੱਲ ਤਾਂ ਠੀਕ ਆ ਫਿਰ ਭਰਾ ਇਹ ਤੇ ਹੁਣ ਵੀ ਦੋ ਵਜੇ ਮਗਰ ਵੀ ਲਾਵਾਂਗੇ ਆਪਾਂ ਦਰਸ਼ਕੋ ਤੇ ਫਿਰ ਤੁਹਾਨੂੰ ਆਖਰ ਦੇ ਨਾ ਵਿਊ ਵੀ ਦਿਖਾਵਾਂ ਕਿਹੇ ਜਾ ਕੀ ਐਂਗਲ ਕਵਰ ਕਰਦਾ ਹਾਂ ਕਿਹੇ ਜਾ ਐਂਗਲ ਕਵਰ ਕਰਦਾ ਵਾ ਤਕਰੀਬਨ ਖੁੰਝੇ ਕਾਂਜੇ ਕਾ ਕਵਰ ਕਰ ਲੈਂਦਾ ਪਰ ਤਕਰੀਬਨ ਮੂਰੇ ਲੈਟਾਂ ਤੱਕ ਕਵਰ ਕਰ ਲੈਂਦਾ ਸਾਰਾ ਅੱਛਾ ਬੋਰਡ ਤੱਕ ਮਤਲਬ ਕੋਈ ਪਾਸੇ ਉਸੋਂ ਕਵਰ ਕਰ ਹੀ ਜਾਂਦਾ ਹਾਂਜੀ 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 ਕੱਲ ਮਿਲਾ ਕੇ ਗੱਲ ਇੰਨੀ ਆ ਅੱਗੇ ਚਲ ਹੁਣ ਮਗਰ ਵੀ ਫਟ ਕਰਕੇ ਦੇਖਦੇ ਆ ਕੀ ਗੱਲਬਾਤ ਆ ਦਰਸ਼ਕੋ ਇਧਰਲੇ ਪਾਸੇ ਲੱਗ ਗਿਆ ਸੈਂਟਰ 'ਚ ਕਰਕੇ ਲਾਤਾ ਇਹ ਹੁਣ ਲੈਂਦਾ ਨਹੀਂ ਗਾ ਤਾਰ ਵੀ ਸਾਰੀ ਅੰਦਰੋਂ ਅੰਦਰ ਹੀ ਪਾਈ ਆ ਤਾਂ ਇੱਕ ਮਗਰਲੇ ਪਾਸੇ ਦਿਖਾ ਦਈਏ ਤੇ ਫਿਰ ਤੁਹਾਨੂੰ ਆਹ ਦੇਖੋ ਇੱਧਰਲੇ ਪਾਸੇ ਮਗਰ ਵੀ ਸ਼ੀਸ਼ੇ ਦੇ ਉੱਤੇ ਲੱਗ ਗਿਆ ਇਹਦੀ ਵੀ ਤਾਰ ਸਾਰੀ ਅੰਡਰਗਰਾਊਂਡ ਹੀ ਆ ਤੇ ਤੁਸੀਂ ਵੀ ਇਹੋ ਜਿਹਾ ਲਵਾ ਸਕਦੇ ਹੋ ਤੇ ਹੁਣ ਤੁਹਾਨੂੰ ਦੱਸਾਂਗੇ ਵਿਊ ਕਿਹੋ ਜਾਊਗਾ ਹਨਾ ਜਿੱਥੋਂ ਵੀ ਜਾਵਾਂਗੇ ਨਾ ਵਿਊ ਆਖਰ ਤੇ ਦਿਖਾ ਦੇਵਾਂਗੇ ਆਇਓ ਤੁਹਾਨੂੰ ਫੋਨ 'ਚ ਵਿਊ ਦਿਖਾ ਦਿੰਦੇ ਇਸ ਚੀਜ਼ ਦਾ ਕਿੱਦਾਂ ਐਂਗਲ ਬਣਦਾ ਆਜੋ ਦਰਸ਼ਕੋ ਆ ਗੌਰ ਕਰਿਓ ਆਹ ਹੈਗਾ ਫਰੰਟ ਕੈਮਰਾ ਤੇ ਨਾਲ ਦੀ ਨਾਲ ਦਿਨ ਤਰੀਕ ਵੀ ਸਾਰਾ ਕੁਝ ਆਉਂਦਾ ਤੇ ਨਾਲ ਦੀ ਨਾਲ ਕਿੰਨੇ ਦੀ ਸਪੀਡ ਤੇ ਤੁਹਾਡੀ ਗੱਡੀ ਜਾਂਦੀ ਆ ਉਹ ਵੀ ਤੁਹਾਨੂੰ ਪਤਾ ਲੱਗੀ ਜਾਊਗਾ ਤੇ ਨਾਲ ਵੱਡੀ ਗੱਲ ਤੁਹਾਨੂੰ ਦੇਖੋ ਵੀ ਵਿਜ਼ਨ ਕਿੰਨਾ ਕਲੀਅਰ ਆ ਇਹ ਮੈਨੂੰ ਲੱਗਦਾ ਵੀ ਸ਼ਾਮ ਜੀ ਦਾ ਵੇਲਾ ਹੋਊਗਾ ਤੇ ਆਹ ਦੇਖ ਲਓ ਲੈ ਕਿੰਨਾ ਚਾਰੇ ਪਾਸੇ ਚੀਜ਼ ਨੂੰ ਕਵਰ ਕਰਦਾ ਜਾਂਦਾ ਵਾ ਮੰਨ ਕੇ ਚਲੋ ਕੋਈ ਪਾਸੇ ਅਸੂ ਰੱਬ ਨਾ ਕਰੇ ਕੋਈ ਚੀਜ਼ ਆ ਕੇ ਵਿੱਚ ਵੱਜੇ ਤਾਂ ਤੁਹਾਡੇ ਕੋਲ ਇੱਕ ਸਬੂਤ ਹੋ ਜਾਂਦਾ ਭਾਈ ਵੀ ਇੱਕ ਕੋਈ ਘੱਟੋ ਘੱਟ ਤੁਹਾਡੇ ਜ਼ਿੰਮੇ ਨਾ ਕੋਈ ਪਵੇ ਹੈਨਾ ਜੇ ਤੁਸੀਂ ਆਪਦੇ ਰੂਲ ਤੇ ਸਹੀ ਜਾਂਦੇ ਹੋ ਆਹ ਦੇਖ ਲਓ ਲੈ ਇਹ ਇੱਕ ਇੱਕ ਮਿੰਟ ਦੀਆਂ ਕਲਿੱਪਾਂ ਬਣਾਈ ਜਾਂਦਾ ਫਰੰਟ ਦੀ ਵੀ ਨਾਲ ਚਲੀ ਜਾਂਦੀ ਹੈ ਅਤੇ ਰੇਅਰ ਦੀ ਵੀ ਹੁਣ ਮੈਂ ਤੁਹਾਨੂੰ ਅੱਗੇ ਜਾ ਕੇ ਆਹ ਦਿਖਾਊਂਗਾ ਆਪਣਾ ਰਾਤ ਨੂੰ ਵਾਲਾ ਸੀਨ ਵੀ ਰਾਤ ਨੂੰ ਕਿੰਨੀ ਕਲੀਅਰ ਆ ਆਹ ਦੇਖ ਲਓ ਲੈ ਆਹ ਕਿੰਨਾ ਕਲੀਅਰ ਵਿਜ਼ਨ ਆ ਰਿਹਾ ਸਾਰਾ ਕੁਛ ਕਲੀਅਰ ਆਈਡੈਂਟੀ ਹੋ ਰਹੀ ਆ ਮੰਨ ਕੇ ਚਲੋ ਕੋਈ ਤੁਹਾਨੂੰ ਕੋਈ ਰੋਕਦਾ ਕਰਦਾ ਕੋਈ ਗਲਤ ਤਰੀਕੇ ਨਾਲ ਹਨਾ ਤਾਂ ਸਾਰੀ ਕਵਰੇਜ ਤੁਹਾਡੀ ਇਹਦੇ ਵਿੱਚ ਹੋ ਜਾਣੀ ਆ ਦੇਖੋ ਲੈ ਹੈ ਕਿ ਨਾ ਕਮਾਲ ਇਹ ਆ ਮਤਲਬ ਦੇਖੋ ਇਹਦੀ ਖਾਸੀਅਤ ਕੈਮਰੇ ਦੀ ਆਪਾਂ ਤਾਂ ਲਵਾਇਆ ਸੀ ਹੁਣ ਇਸ ਤੋਂ ਬਾਅਦ ਤੁਹਾਨੂੰ ਨਾਲ ਦੀ ਨਾਲ ਮੈਂ ਦਿਖਾ ਦਿਆਂ ਆਪਣਾ ਜਿਹੜਾ ਰਾਤ ਵਾਲਾ ਵੀਜ਼ਨ ਆਹ ਗੱਡੀ ਦੀਆਂ ਲਾਈਟਾਂ ਹੁੰਦੀਆਂ ਵਾ ਇਹਦੇ ਨਾਲ ਵੀ ਬੰਦਾ ਪਛਾਣ 'ਚ ਆ ਸਕਦਾ ਦੇਖੋ ਲੈ ਇੱਦਾਂ ਕਰਕੇ ਆ ਰਾਤ ਦਾ ਵੀਜ਼ਨ ਆ ਇਹ ਵੀ ਕਲੀਅਰ ਆ ਹਨਾ ਅਤੇ ਆਵਾਜ਼ ਵੀ ਰਿਕਾਰਡ ਅੰਦਰਲੀ ਕਰਦਾ ਜਾਂਦਾ ਅਤੇ ਆ ਗਿਆ ਮਗਰਲਾ ਕੈਮਰਾ ਗੱਡੀ ਦਾ ਜਿਹੜਾ ਮਗਰ ਫਿੱਟ ਕੀਤਾ ਆਪਾਂ ਇਹਦੇ ਨਾਲ ਹੀ ਆਹ ਦੇਖ ਲਓ ਕਿੰਨਾ ਕਲੀਅਰ ਵਿਜ਼ਨ ਆ ਸੋ ਦਰਸ਼ਕੋ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ।